ਜਲੰਧਰ ਦੇ ਜ਼ਿਲ੍ਹਾ ਕੰਜ਼ਿਊਮਰ ਫੋਰਮ ਨੇ ਬਰਗਰ ਕਿੰਗ ਨੂੰ ਆਪਣੇ ਗਾਹਕ ਨੂੰ ਵੈੱਜ ਦੀ ਥਾਂ ਨੌਨ ਵੈੱਜ ਬਰਗਰ ਦੇਣ ਦੇ ਮਾਮਲੇ 'ਚ 60,067 ਰੁਪਏ ਦਾ ਜੁਰਮਾਨਾ ਲਗਾਇਆ। ਜਲੰਧਰ ਦੇ ਰਹਿਣ ਵਾਲੇ ਮਨੀਸ਼ ਕੁਮਾਰ ਨੇ ਦੱਸਿਆ ਕਿ 2018 'ਚ ਉਹਨਾਂ ਵੱਲੋਂ 2 ਵੈੱਜ ਬਰਗਰ ਆਰਡਰ ਕੀਤੇ ਗਏ ਸੀ, ਪਰ ਬਰਗਰ ਕਿੰਗ ਦੇ ਸਟਾਫ ਵੱਲੋਂ ਉਹਨਾਂ ਨੂੰ ਵੈੱਜ ਦੀ ਬਜਾਏ 2 ਨੌਨ ਵੈੱਜ ਬਰਗਰ ਦੇ ਦਿੱਤੇ, ਜਿਸ ਨੂੰ ਖਾਣ ਮਗਰੋਂ ਉਹਨਾਂ ਦੀ ਤਬੀਅਤ ਖਰਾਬ ਹੋ ਗਈ ਅਤੇ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚੀ। ਗੁਰੂ ਨਾਨਕ ਮਿਸ਼ਨ ਚੌਕ ਬਰਗਰ ਕਿੰਗ ਸੇ 2 ਵੈੱਜ ਬਰਗਰ ਕਾ ਆਰਡਰ ਦਿਆ ਥਾ ਡਰਾਈਵ ਇਨ ਥਰੂ, ਉਹਨਾਂ ਨੇ ਮੁਝੇ 2 ਨੌਨ ਵੈੱਜ ਬਰਗਰ ਕੀ ਜਗ੍ਹਾ 2 ਨੌਨ ਵੈੱਜ ਬਰਗਰ ਦੇ ਦੀਏ, ਜਿਸਕੋ ਮੈਨੇ ਇੱਕ ਬਾਈਟ ਖਾਇਆ, ਜਿਸਕੋ ਖਾਤੇ ਹੀ ਮੇਰੀ ਤਬੀਅਤ ਵਿਗੜ ਗਈ। ਉਸਕੇ ਬਾਅਦ ਮੈਨੇ ਉਹਨਾਂ ਕੋ ਵਹਾਂ ਪੇ ਕੰਪਲੇਂਟ ਵੀ ਕੀ, ਜਿਸਮੇ ਉਹਨਾਂ ਨੇ ਆਪਣੀ ਗਲਤੀ ਸਵੀਕਾਰ ਕੀ, ਜਿਸਕਾ ਵੀਡੀਓ ਸ਼ੂਟ ਹੈ ਪੂਰਾ, ਜੋ ਕਿ ਕੋਰਟ ਮੈਂ ਸਬਮਿਟ ਹੈ ਬਾਕਾਇਦਾ ਪੈਨ ਡਰਾਈਵ ਮੈਂ ਔਰ ਸੀਡੀ ਮੈਂ, ਜੋ ਕਿ ਉਸਕੇ ਬਾਅਦ ਉਹਨੇ ਕਿਆ ਕਹਤੇ ਹੈ ਜੋ ਹੈ ਮੈਂ ਖਾਣੇ ਕੇ ਬਾਅਦ ਮੈਂ ਮੇਰੀ ਤਬੀਅਤ ਵਿਗੜ ਗਈ, ਜਿਸਕੇ ਬਾਅਦ ਤੁਰੰਤ ਬਾਅਦ ਮੈਂ ਸਿਵਲ ਹਸਪਤਾਲ ਗਿਆ, ਵਹਾਂ ਮੈਨੇ ਆਪਣਾ ਟ੍ਰੀਟਮੈਂਟ ਕਰਾਇਆ, ਮੁਝੇ ਮੋਮਟਿੰਗ ਵੀ ਹੋਈ, ਮੈਨੇ ਆਪਣਾ ਟ੍ਰੀਟਮੈਂਟ ਕਰਾਇਆ, ਟ੍ਰੀਟਮੈਂਟ ਕਰਾਉਣ ਕੇ ਬਾਅਦ ਮੇਰੀ ਦਵਾਈਆਂ ਚਲਤੀ ਰਹੀ। ਉਸਕੇ ਬਾਅਦ ਮੈਨੇ ਜ਼ਿਲ੍ਹਾ ਕੰਜ਼ਿਊਮਰ ਕੋਰਟ ਜਲੰਧਰ ਮੈਂ ਆਪਣੇ ਵਕੀਲ ਸਾਹਿਬ ਸ਼੍ਰੀ ਜਤਿੰਦਰ ਅਰੋੜਾ ਜੀ ਕੇ ਮਾਧਿਅਮ ਸੇ ਮੈਨੇ ਮੁਕੱਦਮਾ ਦਰਜ ਕਰਾਇਆ, ਜਿਸਕਾ ਮਾਨਯ ਅਦਾਲਤ ਨੇ 16 ਜਨਵਰੀ ਕੋ ਆਪਣਾ ਫੈਸਲਾ ਸੁਣਾਇਆ, ਜਿਸਕੀ ਜਜਮੈਂਟ ਕੀ ਕਾਪੀ ਹੈ ਮੇਰੇ ਪਾਸ ਹੈ, ਜਿਸਮੇ ਉਹਨਾਂ ਨੇ ਬਰਗਰ ਕਿੰਗ ਪਰ 50,000 ਰੁਪਏ ਮੁਆਵਜ਼ਾ ਦੇਣੇ ਕਾ ਤਥਾ 10,000 ਰੁਪਏ ਵਕੀਲ ਖਰਚ ਕੇ ਕਾਨੂੰਨੀ ਖਰਚ ਕੇ ਤਥਾ 67.67 ਰੁਪਏ। ਇਸ ਫੈਸਲੇ ਤੇ ਮਨੀਸ਼ ਦਾ ਕਹਿਣਾ ਕਿ ਉਹਨਾਂ ਨੂੰ ਕੋਰਟ ਤੇ ਯਕੀਨ ਸੀ ਅਤੇ ਉਹਨਾਂ ਨੂੰ ਇਨਸਾਫ ਮਿਲ ਗਿਆ। ਜਲੰਧਰ ਤੋਂ ਮਨਦੀਪ ਸਿੰਘ ਦੀ ਰਿਪੋਰਟ, ਡੈਨੀ ਸੂਰਾ ਟੀਵੀ। ਤੁਹਾਡਾ ਕੈਨੇਡਾ ਤੋਂ ਵੀਜ਼ਾ ਰਿਫਿਊਜ਼ ਹੈ, ਇਹ ਵੀਜ਼ਾ ਰਿਫਿਊਜ਼ ਹੁੰਦਾ ਕੋਰਸ ਦੀ ਗਲਤ ਚੋਣ ਦੇ ਨਾਲ। ਜੇਕਰ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ ਸਾਨੂੰ ਇਸ ਨੰਬਰ ਤੇ ਵਟਸਐਪ ਕਰੋ ਔਰ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰੋ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, ਪੀਆਰ, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।